ਹਾਂਜੀ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਜਿਵੇਂ ਕਿ ਬਾਹਲੇ ਜਾਣਿਆਂ ਦੀ ਡਿਮਾਂਡ ਆ ਰਹੀ ਸੀ ਆਪਣੀ ਕੋਠੀ ਦੀ ਵੀਡੀਓ ਦੇਖਣ ਦੀ, ਅਤੇ ਬਾਬੇ ਦੀ ਕਿਰਪਾ ਨਾਲ ਆਪਣੀ ਕੋਠੀ ਪੈ ਗਈ ਖੜੀ ਹੈ, ਹੈ ਨਾ। ਅਤੇ ਅੱਜ ਤੁਹਾਨੂੰ ਅੱਜ ਦਿਖਾਉਣ ਲੈ ਰਹੀ ਆਪਾਂ ਆਪਣੀ ਕੋਠੀ। ਆਪਣਾ ਗੇਟ ਪਿਆ ਹੈਗਾ ਜੋ ਕਿ ਪੂਰਾ ਮਿਲ ਗਿਆ। ਅਤੇ ਆਓ ਦੇਖੋ ਆਪਣੀ ਪੇਂਟਿੰਗ ਕਰੀ ਹੋਈ। ਇਹ ਆ ਗਈ ਆਪਣੀ ਐਂਟਰੈਂਸ, ਠੀਕ ਆ। ਆ ਜਾ ਆ ਜਾ ਗਾਹਾਂ ਗਿਆ। ਅਤੇ ਆ ਗਿਆ ਭਾਈ ਆਪਣਾ ਡਰਾਇੰਗ ਰੂਮ, ਅਤੇ ਆਪਣਾ ਪੇ ਟਾਇਰ ਆ ਜੋ ਕਿ ਬਸ ਥੋੜ੍ਹੇ ਦਿਨਾਂ ਤੱਕ ਆਪਾਂ ਤਿਆਰ ਕਰਨਾ ਸ਼ੁਰੂ ਕਰ ਦਾਂਗੇ ਦੁਬਾਰੇ। ਅਤੇ ਆ ਗਿਆ ਜੀ ਆਪਣਾ ਗੈਸਟ ਰੂਮ, ਜਿਹਨੂੰ ਆਪਾਂ ਗੈਸਟ ਰੂਮ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਇਹਦੇ ਨਾਲ ਬਾਥਰੂਮ ਅਟੈਚ ਆ, ਅਤੇ ਬਾਥਰੂਮ ਦੀ ਫਿਟਿੰਗ ਹੋ ਚੁੱਕੀ ਹੈ। ਇਹ ਆਪਣੇ ਮਿੱਤਰ ਪਲੰਬਰ ਸਿੰਘ ਪ੍ਰੇਮ ਜੀ ਨੇ ਕਰੀ ਆ, ਅਤੇ ਉਹਨਾਂ ਨਾਲ ਵੀ ਮਿਲਾ ਲਾਂਗੇ। ਅਤੇ ਬਾਕੀ ਆਹ ਵਾਸ਼ ਵੇਸ਼ਨ ਏਰੀਆ ਆ ਗਿਆ ਆਪਣਾ, ਠੀਕ ਹੈ, ਇਹ ਵੀ ਫਿਟਿੰਗ ਹੋ ਗਈ। ਆਹ ਵੀ ਆਹ ਆ ਗਿਆ ਆਪਣਾ ਭਾਈ ਬੈਡਰੂਮ, ਇਹ ਆਪਣਾ ਆ ਗਿਆ ਮਾਸਟਰ ਬੈਡਰੂਮ ਜਿਹਦੇ ਨਾਲ ਡਰੈਸਿੰਗ ਬਾਥਰੂਮ ਅਟੈਚ ਹੈ, ਉਹ ਅੰਦਰ ਸਾਰਾ ਦਿਖਾ ਦੇ। ਇੱਧਰ ਆ ਡਰੈਸਿੰਗ ਆ ਗਈ, ਗਾਹਾਂ ਬਾਥਰੂਮ ਆ ਗਿਆ ਜਿਹੜਾ। ਇਹ ਇੱਕ ਸਾਰੇ ਜਿਹੜੇ ਆਪਣਾ ਫੁੱਲ ਮਿਲਾ ਕੇ ਇੱਕ ਕਮਰੇ ਦਾ ਥਾਂ ਰੋਕ ਲਿਆ, ਨਹੀਂ ਤਾਂ ਇੱਕ ਕਮਰਾ ਬਣ ਜਾਣਾ ਸੀ ਪੂਰਾ। ਹਾਂਜੀ, ਅਤੇ ਹੁਣ ਆ ਜਾ ਆ ਗਿਆ ਆਪਣੀ ਰਸੋਈ ਦਾ ਆਪਣਾ, ਠੀਕ ਹੈ। ਇਹਦੀ ਵੀ ਫਿਟਿੰਗ ਹੋ ਗਈ ਸਾਰਾ ਇੱਧਰ ਆ ਦੇਖ। ਬਸ ਹੁਣ ਬਿਜਲੀ ਵਾਲੇ ਆਉਣਗੇ, ਇੱਧਰ ਵਾਲਾ ਉਹਨਾਂ ਦੀ ਰਹੀ। ਆ ਦੇਖੋ ਆਪਣਾ ਬਾਹਰਲਾ ਗੇਟ ਆ ਗਿਆ ਬਾਹਰੇ ਜਾਣ ਵਾਸਤੇ। ਹੁਣ ਆ ਜਾ ਚੱਲਦੇ ਹਾਂ। ਦੇਖ ਕੇ ਮਿਸਤਰੀ ਲਾ ਰਿਹਾ ਤਾਂ ਕਿਤੇ ਸਸਤੇ ਮਾਰੇ, ਠੀਕ ਹੈ। ਅਤੇ ਇਹ ਆਪਾਂ ਇੱਥੇ ਬਣਾ ਲਈ ਸਟੋਰੇਜ, ਹਾਈ ਸਟੋਰੇਜ। ਇਹ ਆਪਾਂ ਉਹ ਕਮਰੇ ਨਾਲ ਅਟੈਚ ਕਰਤੀ ਉੱਤਰ ਪੌੜੀਆਂ ਦੇ ਹੇਠਾਂ। ਆ ਜਾਣਾ ਆਪਾਂ ਨੂੰ ਫੋਨ ਆਪਣੇ ਬੂਟੇ ਬਾਈ ਦਾ। ਹੈਲੋ, ਠੀਕ ਹੈ ਜੀ, ਕੋਈ ਕੋਈ ਗੱਲ ਨਹੀਂ, ਕੋਈ ਗੱਲ ਨਾ ਨਾ ਆਪਾਂ ਇਕੱਠੀ ਹੋ ਗਈ, ਉਹ ਵੀ ਲੈ ਜਾਵਾਂਗੇ, ਕੋਈ ਚੱਕਰ ਨਹੀਂ ਕਰੇ, ਠੀਕ। ਓਕੇ ਜੀ, ਕੋਈ ਗੱਲ ਨਹੀਂ ਜੀ, ਠੀਕ ਠੀਕ ਹੈ ਜੀ, ਠੀਕ ਹੈ। ਅਤੇ ਇਹ ਆ ਗਿਆ ਆਪਣਾ ਬਰਾਂਡਾ ਬਾਈ, ਠੀਕ ਹੈ। ਇਹ ਨੋਰਮਲ ਬਸ ਉਦਾਂ ਹੀ ਬਰਾਂਡਾ ਆ, ਹਾਈ ਰਹਿਣਾ ਇਹਨੇ। ਅਤੇ ਆਹ ਆਪਣਾ ਪੋਰਚ ਆ ਗਿਆ, ਇੱਥੇ ਤੂੰ ਆਫਟਰ ਲੁੱਕ ਦਿਖਾ ਸਕਦਾ ਫਿਰ ਵੀ। ਠੀਕ ਹੈ, ਹਾਂ। ਇਹ ਆਪਣਾ ਇੱਧਰ ਦੀ ਨਾਲੇ ਇੱਕ ਤਰ੍ਹਾਂ ਦੀ ਸਟੋਰੀ ਬਣ ਗਈ। ਬਾਅਦ ਆ ਗਿਆ ਸਾਹਮਣੇ ਆਪਣਾ ਪੂਜਾ ਰੂਮ, ਠੀਕ ਹੈ। ਅਤੇ ਇਹ ਹੈਗਾ 8x8 ਦਾ ਰਸੋਈ ਵੀ ਆਪਾਂ ਵੱਡੇ ਹੀ ਰੱਖਿਆ। ਅਤੇ ਆਹ ਪੂਜਾ ਰੂਮ ਦੇ ਲਈ ਆ ਗਿਆ ਵਾਸ਼ ਵੇਸ਼ਨ ਇੱਥੇ ਐਂਟਰੈਂਸ ਦੀ, ਜੋ ਆਪਾਂ ਇੱਥੇ ਲਾ ਤਾ। ਇਹ ਆਪਣੇ ਸਪੈਸ਼ਲ ਡਿਪਾਰਟਮੈਂਟ ਦੀ ਪੂਰੀ ਹੋ ਗਈ। ਆਹ ਆ ਗਿਆ ਭਾਈ ਆਪਣਾ ਬੈਡਰੂਮ, ਇਹਦੇ ਮੂਹਰੇ ਬਾਲਕਨੀ ਆ ਗਈ, ਇੱਧਰ ਇਹਦਾ ਡਰੈਸਿੰਗ ਬਾਥਰੂਮ ਅਟੈਚ ਆ ਗਿਆ। ਸਵੇਰੇ ਵੀ ਸਾਰੀ ਫਿਟਿੰਗ ਹੋ ਚੁੱਕੀ ਹੈਗੀ, ਮੁੰਡੇ ਕਰੀ ਜਾਂਦੇ ਆ ਬਾਕੀ। ਅਤੇ ਇੱਥੇ ਆਪਾਂ ਕੁਰਸੀ ਨਾਲਿਆ ਕਰਨੀ ਆ, ਇਹ ਵਿਊ ਆ ਦੇਖ ਪੂਰਾ ਘੈਂਟ। ਅਤੇ ਝੋਪੜੀ ਆ ਗਈ ਖੱਟ, ਅਤੇ ਬਸ ਇਹ ਆਹ ਚੀਜ਼ ਬਣ ਗਈ।
ਠੀਕ ਹੈ। ਹਾਂ ਜੀ ਆਪਾਂ ਚੱਲਦੇ ਹਾਂ ਇੱਧਰ ਉੱਤੇ, ਜਾਂ ਹਾਲੇ ਉਹ ਪਿੱਛੇ ਰਹਿ ਗਿਆ, ਇੱਧਰ ਆ ਜਾ। ਇੱਕ ਆਪਣਾ ਆ ਗਿਆ ਬਾਹਰਲਾ ਏਰੀਆ, ਇਹ ਆਪਣਾ ਇੱਥੇ ਮਸ਼ੀਨ ਵਾਲਾ ਆ ਗਿਆ, ਇੱਕ ਬਾਥਰੂਮ ਆ ਗਿਆ। ਬਾਥਰੂਮ ਆਪਣੇ ਸੁੱਖ ਨਾਲ ਕੁੱਲ ਮਿਲਾ ਕੇ ਹੋ ਗਏ 6, ਕਿਉਂਕਿ ਆਪਾਂ ਹਰੇਕ ਕਮਰੇ ਦਾ ਟਾਈਮ ਲਾ ਲਾਂਗੇ, ਠੀਕ ਹੈ। ਉਹ ਸੋਨਾ ਪਲੰਬਰ ਹੈ ਦੇਖੋ, ਕਿਆ ਜਾ ਹੁਣ ਉੱਥੇ ਆ ਗਏ ਆਪਾਂ ਜਮ੍ਹਾਂ ਸਿਰੇ ਅਤੇ ਲਾਸਟ, ਅਤੇ ਇੱਥੋਂ ਬਸ ਗਲੀਆਂ ਹੀ ਬਣਾਈਆਂ ਨੇ ਆਪਾਂ ਚਾਰੇ ਪਾਸੇ। ਆਹ ਆਪਣਾ ਪਲੰਬਰ ਹੈਗਾ, ਹੋਰ ਜੀ ਪਲੰਬਰ ਜੀ ਵਧੀਆ ਜੀ ਬਾਈ ਜੀ, ਠੀਕ ਹੋ ਗਿਆ। ਇਹ ਆਪਣਾ ਭਰਾ ਹੈਗਾ, ਇਸੇ ਨੇ ਆਪਣੀ ਸਾਰੀ ਫਿਟਿੰਗ ਵਗੈਰਾ ਕਰੀ ਹੈਗੀ। ਅਤੇ ਆਹ ਆਪਣਾ ਕਮਰਾ ਆ ਗਿਆ ਉੱਤੇ, ਠੀਕ ਹੈ ਇੱਕ। ਅਤੇ ਇੱਧਰ ਫਿਰ ਇੱਕ ਬਾਥਰੂਮ ਆ ਗਿਆ, ਜਿਵੇਂ ਤੁਸੀਂ ਦੇਖ ਸਕਦੇ ਹੋ ਬਾਥਰੂਮ ਵੀ ਬਾਥਰੂਮ ਨੇ, ਬਸ ਪੂਰੇ ਫੁੱਲ ਹੀ ਆਪਾਂ ਉਹ ਕਰ ਲਏ ਜਿੱਥੇ ਜਿੱਥੇ ਲੋੜ ਸੀ ਉੱਥੇ ਉੱਥੇ ਬਣਾਏ ਆ, ਠੀਕ ਹੈ। ਇਹਦੀ ਵੀ ਸਾਰੀ ਫਿਟਿੰਗ ਹੋ ਗਈ, ਇੱਥੇ ਵੀ ਬਾਹਰੇ ਵਾਸ਼ ਬੇਸ਼ਨ ਆ ਗਿਆ। ਅਤੇ ਇੱਕ ਹਾਲੇ ਆਪਣੀ ਇੱਕ ਚੀਜ਼ ਕਰਨ ਵਾਲੀ ਰਹੀ ਹੈ, ਸਭ ਆਪਾਂ ਕਰਾਂਗੇ ਉਰੇ ਆਪਣਾ ਇੱਕਦਮ ਬਣਦਾ ਹੀ ਰਹਿ ਗਿਆ, ਉਰੇ ਆਪਣੀ ਝੋਪੜੀ ਬਣਦੀ ਰਹੀ, ਉਹ ਆਪਾਂ ਬਣਾਉਣੀ ਆ ਹਾਲੇ, ਉਹ ਲੋਹੇ 'ਚ ਬਣੂਗੀ, ਕਿਉਂਕਿ ਜਿਹੜੇ ਪਹਿਲਾਂ ਵਾਲੇ ਮਿਸਤਰੀ ਦੀ ਉਹ ਵਿਚਾਲੋ ਕੰਮ ਛੱਡ ਕੇ ਭੱਜ ਗਏ ਸੀਗੇ, ਜਿਹਦੇ ਕਰਕੇ ਆਪਣਾ ਕੰਮ ਇਹ ਪਹਿਲਾਂ ਬਣਨਾ ਸੀਗਾ, ਉਹਨਾਂ ਨੂੰ ਇਹ ਚੀਜ਼ਾਂ ਆਉਂਦੀਆਂ ਨਹੀਂ ਸੀ। ਸੋ ਇਹ ਬਾਅਦ 'ਚੋਂ ਹੋਰ ਮਿਸਤਰੀਆਂ ਨੇ ਆਪਣੇ ਪਿੰਡ ਨੇ ਆ ਕੇ ਸਾਰਾ ਬਣਾਇਆ ਸੀ, ਸੋ ਇਹ ਘੈਂਟ ਬਣ ਗਈ ਚੀਜ਼। ਹੁਣ ਇਸ ਤੋਂ ਬਾਅਦ ਅਸੀਂ ਜਮ੍ਹਾਂ ਸਿਖਰ 'ਤੇ ਵੀ ਵਿਊ ਦਿਖਾਵਾਂਗੇ ਉੱਪਰ ਚੜ੍ਹ ਕੇ, ਔਰ ਉਦੋਂ ਪਹਿਲਾਂ ਤੁਸੀਂ ਆਹ ਸਾਰਾ ਦੇਖ ਲਓ। ਅਤੇ ਬਸ ਆਪਣਾ ਟੈਂਸ਼ਨ ਟੈਂਸ਼ਨ ਤੱਕ ਹੋਣੇ ਰਹਿ ਗਏ, ਬਾਕੀ ਆਪਣੇ ਪਲੰਬਰ ਭਰਾ ਨੇ ਸਾਰਾ ਕੰਮ ਕਰਤਾ, ਇਹਦੋਂ ਸਾਨੂੰ ਪਲੰਬਰ ਨਾਲ ਵੀ ਮਿਲਾਵਾਂਗੇ। ਆਪਣਾ ਬੰਦਾ ਬਹੁਤ ਘੈਂਟ ਆ, ਇਹ ਬਹੁਤ ਰੀਜਨੇਬਲ ਪ੍ਰਾਈਸ ਆ, ਅਤੇ ਕੰਮ ਬਹੁਤ ਹਾਈ ਆ ਬੰਦੇ ਦਾ। ਉੱਪਰ ਲਓ ਜੀ ਫਾਈਨਲੀ ਆ ਗਏ ਆਪਾਂ ਜਮ੍ਹਾਂ ਸਭ ਤੋਂ ਉੱਤੇ ਆ, ਉਹ ਸਾਹਮਣੇ ਆਪਣਾ ਸਾਰਾ ਪਿੰਡ ਹੈ, ਠੀਕ ਹੈ ਜੀ। ਇੱਧਰ ਨੂੰ ਪਿੰਡ ਆ ਗਿਆ, ਆਪਣਾ ਪਿੰਡ ਬਾਰ ਬਾਰ ਹੈ, ਉਹ ਉੱਧਰ ਸੰਗਰੂਰ ਆ, ਸਾਹਮਣੇ ਸੰਗਰੂਰ ਰੋਡ। ਅਤੇ ਹਾਲੇ ਇੱਥੇ ਵੀ ਕੁਛ ਕਰਨਾ ਸਪੈਸ਼ਲ, ਬਾਅਦ 'ਚੋਂ ਕਰਾਂਗੇ। ਉਹ ਫਿਰਦਾ ਸਾਹਮਣੇ ਥੱਲੇ ਨਾਲੇ ਪਲੰਬਰ, ਆਪਣਾ ਪਲੰਬਰ ਜੀ ਆਪਦਾ ਮਸਾਲਾ ਲਾਉਂਦੇ ਹੋਏ। ਅਤੇ ਲਓ ਜੀ ਪਲੰਬਰ ਆਪਣਾ ਬੰਦਾ ਪੂਰਾ ਘੈਂਟ, ਐਵੇਂ ਕੋ ਕਹੀਏ ਬਾਈ, ਪੂਰਾ ਜੈਨੂਅਨ ਰੇਟ ਲਵਾਇਆ ਨੇ ਆਪਾਂ ਨੂੰ ਦੁਕਾਨ ਤੋਂ ਵੀ, ਅਤੇ ਕੰਮ ਵੀ ਪੂਰਾ ਘੈਂਟ ਕਰਿਆ, ਬਾਕੀ ਬੰਦਾ ਜਿਹੜਾ ਕੰਮ ਬੋਲਦਾ। ਸੋ ਬਾਕੀ ਓਕੇ ਆ, ਹੁਣ ਤੁਸੀਂ ਸਾਰੀ ਦੇਖ ਲਈ ਕੋਠੀ, ਓਵਰਆਲ ਇਹਦਾ ਵਿਊ। ਬਾਕੀ ਉਹ ਆਪਣਾ ਉੱਧਰ ਡੰਗਰਾਂ ਵਾਲਾ ਆ ਗਿਆ ਥੱਲੇ, ਅਤੇ ਉੱਥੇ ਵੀ ਇੱਕ ਬਾਥਰੂਮ ਹੋਰ ਆ ਗਏ। ਸੋ ਉਹਨਾਂ ਨੂੰ ਮਿਲਾ ਕੇ ਆਪਣੇ ਹੋ ਗਏ ਟੋਟਲ 6 ਬਾਥਰੂਮ, ਕਿਉਂਕਿ ਆਪਾਂ ਸਾਰੇ ਕਿਤੇ ਅਟੈਚ ਕਰੇ ਆ, ਤਾਂ ਕਿ ਅੱਗੇ ਜਾ ਕੇ ਪ੍ਰੋਬਲਮ ਨਾ ਕੋਈ ਆਵੇ। ਵੈਸੇ ਕੰਮ ਯੂਸੇਜ 'ਚ ਇੱਕ ਦੋ ਹੀ ਆਉਣੇ ਹੁੰਦੇ ਆ, ਪਰ ਫਿਰ ਵੀ ਹੈ ਨਾ ਇੱਕ ਵਾਰੀ ਵੀ ਬਣਦੀ ਆ ਚੀਜ਼। ਸੋ ਆਪਾਂ ਨੇ ਪੂਰਾ ਆਪਦਾ ਕਰ ਲਿਆ ਪੂਰਾ ਸਾਰਾ ਕੁਛ, ਜੋ ਜੋ ਰਿਕੁਆਇਰਮੈਂਟਾਂ ਸੀਗੀਆਂ, ਜੋ ਜੋ ਦਲ ਚਰੀਜ਼ਾਂ ਸੀ, ਉਹ ਪੂਰੀਆਂ ਹੋ ਗਈਆਂ ਆਪਣੀਆਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਆਪਾਂ ਨੇ ਕੋਈ ਵੀ ਕੰਮ ਕਰਨਾ ਹੈ ਨਾ, ਪਲੰਬਰ ਦਾ ਜਾਂ ਰਾਜਗਿਰੀ ਦਾ ਜਾਂ ਮਤਲਬ ਕਿ ਆਪਣਾ ਇਲੈਕਟ੍ਰੀਸ਼ਨ ਦਾ ਹੈ ਨਾ, ਕੋਈ ਵੀ ਕੰਮ ਕਰਨਾ ਪੱਥਰ ਦਾ, ਪਰ ਆਪਾਂ ਬੰਦਾ ਵਧੀਆ ਰੱਖੋ, 2 ਪੈਸੇ ਵੱਧ ਦੇ ਦਿਓ, ਉਹ ਆਪਣਾ ਫਾਇਦਾ ਕਰੂਗਾ। ਆਪਾਂ ਕਈ ਵਾਰੀ ਕਹਿੰਦੇ ਯਾਰ ਸਸਤਾ 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 ਸਸਤਾ, ਆਪਣਾ ਨੁਕਸਾਨ ਕਰਕੇ ਜਾਂਦਾ ਬਾਈ ਜੀ, ਠੀਕ ਹੈ ਨਾ। ਜੋ ਵੀ ਕੰਮ ਹੈ ਜੈਨੂਅਨ ਕਰਾਓ, ਜਿਹੜਾ ਸਸਤਾ ਮਿਸਤਰੀ ਹੈ ਕੋਈ ਵੀ ਉਹ ਸਮਾਨ ਵੱਧ ਲਾਊਗਾ ਬਾਈ ਜੀ, ਹੈ ਨਾ, ਉਹ ਦੂਜੇ ਪਾਸੇ ਭਾਲ ਕਰੂ, ਆਪਦੇ ਪੂਰੇ ਕਰ ਲਊ, ਪਰ ਤੁਹਾਡੇ ਕੰਮ ਦਾ ਨਾਸ਼ ਮਾਰ ਦੂ। ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਾਂ ਐਡੀ ਐਡੀਆਂ ਬਿਲਡਿੰਗਾਂ ਚਿਣ ਦਿੰਦੇ ਹਾਂ, ਹੈ ਨਾ, ਕਰੋੜ ਕਰੋੜ ਰੁਪਇਆ ਲਾ ਦਿੰਦੇ ਹਾਂ। ਆਪਾਂ ਕਿਰਸ ਕਰਦੇ ਵੀ ਸਾਨੂੰ ਟੂਟੀਆਂ ਵਾਲਾ ਸਸਤਾ ਮਿਲ ਜੇ, ਸਾਨੂੰ ਬਿਜਲੀ ਵਾਲਾ ਸਸਤਾ ਮਿਲ ਜੇ, ਸਾਨੂੰ ਰਾਜਗਿਰੀ ਸਸਤਾ ਮਿਲ ਜੇ, ਪਲੀਜ਼ ਬੇਨਤੀ ਹੱਥ ਬੰਨ ਕੇ ਇਹ ਚੱਕਰ 'ਚ ਨਾ ਪਾਓ ਬਾਈ ਜੀ। ਇਹ ਚੱਕਰਾਂ 'ਚ ਆਪਾਂ ਨੂੰ ਮਾਰ ਪੈਂਦੀ ਆ ਬਹੁਤ ਮੋਟੀ, ਕਮਿਸ਼ਨ ਕਰ ਲੈਂਦੇ ਨੇ ਬਾਈ,
ਜਿਹਨਾਂ ਨੂੰ ਬੰਦੇ ਤੋਂ ਕੰਮ ਕਰਾਓ, ਜਿਹੜਾ ਰੇਟ ਵੱਧ ਲੈਂਦਾ ਉਹ ਤੋਂ ਕੰਮ ਕਰਾਓ, ਤੁਹਾਡਾ ਫਾਇਦਾ ਕਰਕੇ ਦਿਓ 5-4 ਲੱਖ ਦਾ ਕੋਠੀ 'ਚੋਂ, ਬਸ ਇੰਨਾ ਹੀ ਕਹਿਣਾ ਸੀ ਬਾਈ। ਨਾ ਠੀਕ ਹੈ ਯਾਰ, ਫਾਇਦਾ ਹੋਇਆ ਵੀ ਆਪਣਾ ਦਿੰਦੇ ਹੀ ਆਪਾਂ ਨੂੰ, ਹੁਣ ਪਹਿਲਾਂ ਵਾਲੇ ਕਿੱਥੇ ਭੱਜ ਗਏ, ਕਿੱਥੇ ਹੁਣ ਤੇਰਨਾ ਸੀਗਾ ਆਪਣਾ ਆਹੀ ਸਮਾਨ 'ਚੋਂ, ਕਿੰਨਾ ਫਰਕ ਪੈ ਗਿਆ ਫਿਰ, ਉਹ ਹੁੰਦਾ ਹੁਣ ਆਹ ਕਿੰਨੇ ਆਪਣੇ ਵਾਲ ਲੱਗਣੇ ਸੀ ਇੱਥੇ, 5 ਦਾ ਜਿਹਨੂੰ ਲੱਗਣੀ ਸੀ ਨਾਰਮਲ, ਮੇਨ ਗੱਲ ਤਾਂ ਆਹੀ ਆ ਗਈ ਬਾਈ, ਨਹੀਂ ਲੋਕ 8-8 ਵਾਲ ਲਾਉਂਦੇ ਨੇ, ਜਿੰਨੇ ਬਾਥਰੂਮਾਂ ਨੂੰ ਆਪਾਂ ਸਪਲਾਈਆਂ ਡੇਗੀਆਂ ਨੇ 35-8 ਵਾਲ ਲਾ ਲੈਣੇ ਸੀਗੇ, ਬਾਕੀ ਕਹਿੰਦੇ ਲੱਗੇ ਨੇ ਸਿਰਫ 3, ਬਾਕੀ ਕਰਨ ਦਾ ਤਰੀਕਾ ਹੁੰਦਾ, ਜਿਵੇਂ ਮੈਂ ਟੈਂਕੀਆਂ ਦੇ ਆਲੇ ਦੁਆਲੇ ਸਰਾਖ ਮਾਰੇ ਨੇ, ਅਗਲਾ ਕਹਿੰਦਾ ਵੀ ਲਵੇ ਲਵੇ ਕਿਉਂ ਨੀ ਸਰਾਖ ਮਾਰੇ, ਇੱਕ ਸੈੱਟ ਕੇ ਉੱਥੋਂ ਹੀ ਸਾਰੇ ਵੀ ਉੱਥੇ ਉਹਨੂੰ ਵੀ ਲਵੇ ਲਵੇ ਸਰਾਖ ਮਾਰੋ, ਹਨਾ ਉਹਦੇ ਵਿੱਚ ਵੀ ਰੀਜਨ ਹੈ, ਹੁਣ ਟੈਂਕੀ ਦੀ ਆਪਣੀ ਦੀ ਲਾਈਫ 100 ਸਾਲ ਹੈ ਬਾਈ, ਜੇ ਆਪਾਂ ਲਵੇ ਲਵੇ ਸਰਾਖ ਮਾਰਾਂਗੇ ਆਪਣੀ ਟੈਂਕੀ ਦੀ ਲਾਈਫ ਨਹੀਂ ਹੈਗੀ, ਕਿਉਂਕਿ ਲਵੇ ਲਵੇ ਉਹਦੀ ਤਾਕਤ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਲਵੇ ਲਵੇ ਸਰਾਖ ਮਾਰਦੇ ਹਾਂ। ਇਹ ਤਾਂ ਐਕਸਪੀਰੀਅੰਸ ਹੈ, ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਬਾਈ? ਮੈਨੂੰ 30 ਸਾਲ ਹੋ ਗਏ ਕੰਮ ਕਰਦੇ, ਉਹ ਚੀਜ਼ ਐਕਸਪੀਰੀਅੰਸ ਆ ਗਿਆ, 12 ਸਾਲ ਦੇ ਕੰਮ ਕਰਨ ਲੱਗੇ ਦੀ 30 ਸਾਲ ਹੋ ਗਏ ਬਾਈ, ਐਕਸਪੀਰੀਅੰਸ ਬਹੁਤ ਹੈ ਬੰਦੇ ਦਾ। ਬਾਕੀ ਬਾਈ ਦੇਖ, ਪੈਸੇ ਦੇ ਮਗਰ ਨਾ ਜਾਓ, ਜੇ ਮਹਿਲ ਖੜੇ ਕਰਨੇ ਨੇ ਮਾੜਾ ਮਿਸਤਰੀ ਨਾ ਲਾਓ, ਬਸ ਉਹ ਕਹਿੰਦੇ ਨਹੀਂ ਹੁੰਦੇ ਸਿਆਣੇ, ਕਹਿੰਦੇ ਮਾੜਾ ਮਿਸਤਰੀ ਮਾਰੀ ਟੀਵੀ, ਇਹ ਘਰ ਭੱਟ ਦੀਏ ਹੁੰਦੇ ਨੇ, ਵੀ ਬਾਈ ਬਣ ਕੇ ਬੇਨਤੀ ਹੈ ਵੀ ਮਾੜਾ ਗਲਤ ਕੰਮ ਨਾ ਕਰੋ ਕੋਈ ਵੀ, ਆਪਦਾ ਬੰਦਾ ਵਧੀਆ ਲਾ ਲਓ, ਠੀਕ ਹੈ ਨਾ? ਪਹਿਲੀ ਗੱਲ ਵਧੀਆ ਲਾ ਲਓ ਭਾਈ, ਬਾਕੀ ਜੇ ਸਾਡਾ ਬੰਦਾ ਲਾਉਣਾ ਤਾਂ ਤੂੰ ਵੀ ਆਪਦਾ ਨੰਬਰ ਬੋਲ ਦੇ, ਤੂੰ ਦੱਸ ਦੇ। ਮੇਰਾ ਨੰਬਰ ਹੈ ਬਾਈ 9815266616। ਠੀਕ ਹੈ ਜੀ, ਜੇ ਇਹਦੇ ਨਾਲ ਕੰਟੈਕਟ ਕਰਨਾ ਇਹਦੇ ਨਾਲ ਗੱਲ ਹੋਵੇ, ਬਾਕੀ ਆ ਬਾਈ ਬੈਠੇ ਨੇ, ਅਮਰਤ ਜੀ ਬੈਠੇ ਨੇ, ਬਾਈ ਜੀ ਇਹਨਾਂ ਨਾਲ ਗੱਲਬਾਤ ਕਰ ਲਓ, ਥੋੜੇ ਲੱਗੇ ਕੋਈ ਨਹੀਂ, ਆਪਣੇ ਨਾਲ ਕਮਿਸ਼ਨ ਨਹੀਂ ਉਹ ਕਰਿਆ, ਦੁਕਾਨ ਵਾਲੇ ਨਾਲ ਡਾਇਰੈਕਟ ਆਪਣੀ ਗੱਲ ਕਰਾ ਕੇ, ਤੇ ਉੱਥੋਂ ਵੀ ਪੂਰਾ ਮੈਂ ਕਹਿੰਦਾ ਦੁਕਾਨ ਵਾਲਾ ਵੀ ਬੰਦਾ ਵਿਚਾਰ ਨੇ ਆਪਾਂ ਨੂੰ ਪੂਰਾ ਜਾਇਜ਼ ਲਾਇਆ, ਉਹਨੇ ਵੀ ਆਪਣਾ ਕੋਈ ਗਲਮਾ ਨਹੀਂ ਕਰਿਆ ਹੈਗਾ। ਸਰਾਖ ਮਾਰ ਕੇ ਹੀ ਨਿਪਲ ਖਸੋ ਤਾਂ ਕਿ ਟੈਂਕੀ ਦਾ ਜੱਫਾ ਉੱਡੇ ਹੀ ਰਹਿ ਜੇ। ਐਨਕ ਨਹੀਂ ਰਹਿਣੀ ਜਿਹੜਾ ਅੱਖ ਦਿਖ ਜੂਗਾ।